ਪੰਜਾਬ ਵਿੱਚ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਆਪਣੇ ਚੁਣਾਵੀ ਘੋਸ਼ਣਾ ਪੱਤਰ ਵਿੱਚ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਚੱਲਦੇ ਅਕਾਲੀ ਦਲ ਵੱਲੋਂ ਪੰਜਾਬ ਭਰ ਵਿੱਚ ਰੈਲੀ ਕਰ ਸਰਕਾਰ ਦੀ ਪੋਲ ਖੋਲ੍ਹੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਪੋਲ ਖੋਲ ਰੈਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿੱਚ ਵੀ ਕੀਤੀ ਗਈ, ਜਿਸ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਰਹੀ। ਜਿੱਥੇ ਸਭ ਤੋਂ ਵੱਧ ਆਪਣੇ ਪੰਜਾਬੀ ਰਹਿੰਦੇ ਆ, ਤੇ ਟਰੂਡੋ ਕੌਣ ਪ੍ਰਾਈਮ ਮਿਨਿਸਟਰ ਹੈ ਜਿਹਨੇ 5 ਮੰਤਰੀ ਆਪਣੀ ਕੌਮ ਦੇ ਪੰਜਾਬੀ ਆਪਣੇ ਕੈਬਨਿਟ ਲਿਆਉਂਦੇ ਆ। ਭਾਵੇਂ ਸਾਡੀ ਪਾਪੂਲੇਸ਼ਨ 1 ਜਾਂ 2% ਹੈ, ਪਰ ਆਪਣਾ ਹਿੱਸਾ ਉਹਨੇ ਸਭ ਤੋਂ ਵੱਧ ਆਪਾਂ ਨੂੰ ਦਿੱਤਾ ਹੈ। ਸੋ ਸਾਨੂੰ ਉਹਦੇ ਮਾਣ ਦਾ ਵੀ ਵੈਲਕਮ ਹੈ। ਯਾਰ ਜੋ ਮਰਜ਼ੀ ਕਰ ਲੈਣ, ਇਹ ਤਾਂ ਸਾਰਾ ਕੁਝ ਬੰਦ ਕਰਤਾ, ਪੈਨਸ਼ਨ ਵੀ ਬੰਦ ਕਰਤੀ, ਸ਼ਗਨ ਵੀ ਬੰਦ ਕਰੀ, ਬੱਸ ਵੀ ਬੰਦ ਕਰਤੀ, ਹੁਣ ਇਹਨਾਂ ਨੇ ਸੜਕਾਂ ਵੀ ਤੋੜ ਦੇਣੀਆਂ, ਸੀਵਰੇਜ ਵੀ ਬੰਦ ਹੈ, ਇਹਨਾਂ ਸਾਰਾ ਕੁਝ ਬੰਦ। ਲੋਕਾਂ ਦੀ ਆਹ ਹੈ ਗੁੱਸਾ, ਇੱਕ ਸਾਲ ਦੇ ਅੰਦਰ ਇੰਨੀ ਛੇਤੀ ਬਦਨਾਮ ਕੋਈ ਸਰਕਾਰ ਨਹੀਂ ਹੋਈ ਜਿੰਨੀ ਕੈਪਟਨ ਸਾਹਿਬ ਬਦਨਾਮ ਹੋਈ। ਕਾਂਗਰਸ ਨੂੰ ਜਗਾਉਣ ਦੇ ਵਾਸਤੇ ਹੋ ਰਹੀ, ਕਾਂਗਰਸ ਪਾਰਟੀ ਨੂੰ ਮੈਂ ਸਟੇਜ ਤੋਂ ਵੀ ਇਹ ਗੱਲ ਕਹੀ ਹੈ ਕਿ 77 ਸੀਟਾਂ ਆਈਆਂ ਸੀ, ਉਹ ਆਈਆਂ ਸੀ ਕਿ ਕੁਛ ਵਾਅਦੇ ਲੋਕਾਂ ਨਾਲ ਕੀਤੇ ਸੀ, ਘਰ ਘਰ ਨੌਕਰੀ ਦੇ ਕੀਤੇ ਸੀ, ਕਰਜ਼ਾ ਕੁਰਕੀ ਮਾਫੀ ਦੇ ਕੀਤੇ ਸੀ, ਦਲਿਤਾਂ ਦੇ ਬੈਕਵਰਡ ਕਲਾਸ ਨੂੰ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਇੰਡਸਟਰੀ ਨੂੰ 5 ਰੁਪਏ ਬੱਤੀ ਦੀ ਗੱਲ ਕੀਤੀ ਸੀ। ਮਗਰ ਅੱਜ ਸਾਰੇ ਪੋਲ ਜਿਹੜੇ ਉਹਨਾਂ ਦੇ ਵਾਅਦੇ ਸਨ ਉਹ ਫੇਲ ਹੋ ਗਏ, ਅਤੇ ਅਸੀਂ ਲੋਕਾਂ ਅੱਗੇ ਜਾ ਕੇ ਜਿੱਥੇ ਉਹਨਾਂ ਦੀ ਪੋਲ ਖੋਲ੍ਹ ਰਹੇ ਹਾਂ ਉੱਥੇ ਲੋਕਾਂ ਨੂੰ ਲਾਮਬੰਦ ਕਰਕੇ ਉਹਨਾਂ ਦੀ ਹੱਕਾਂ ਦੀ ਲੜਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਖੜਾ ਹੈ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਰਿੰਗ ਦ ਬੈਲ।